ਇਤਿਹਾਸ ਦੇ ਪੰਨਿਆਂ ਤੋਂ ਧੂੜ ਹਟਾਈ ਜਾਵੇ ਤਾਂ ਅਨਵੰਡੇ ਪੰਜਾਬ ਦਾ ਇੱਕ ਐਸਾ ਲੋਕ ਨਾਇਕ ਸਾਹਮਣੇ ਆਉਂਦਾ ਹੈ ਜਿਸ ਦੀ ਬਹਾਦਰੀ ਤੇ ਨਿਡਰਤਾ ਵੇਲੇ ਦੇ ਹਾਕਮਾਂ ਦੇ ਸਿਰ ਦਾ ਦਰਦ ਬਣਿਆ ਰਿਹਾ। ਬੇਸ਼ੱਕ ਵੇਲੇ ਦੇ ਜ਼ਾਲਮ ਹਾਕਮ ਇਸ ਨੂੰ ਡਾਕੂ ਤੇ ਗੱਦਾਰ ਸਮਝਦੇ ਸਨ, ਪਰ ਹਕੀਕਤ ਵਿੱਚ ਉਹ ਸਾਂਦਲਬਾਰ ਦੇ ਗਰੀਬਾਂ ਦਾ ਮਸੀਹਾ ਸੀ। ਇਸ ਗੈਰਤਮੰਦ ਅਤੇ ਅਣਖੀ ਯੋਧੇ ਦਾ ਨਾਮ ਹੈ ਦੁੱਲਾ ਭੱਟੀ। ਇਸ ਸੂਰਮੇ ਨੂੰ ਅੱਜ ਵੀ ਪੰਜਾਬ ਦੀ ਹਰ ਲੋਹੜੀ ਦੇ ਤਿਉਹਾਰ ਤੇ ਲੋਕ ਗੀਤਾਂ ਵਿੱਚ ਯਾਦ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੀ ਸਾਂਝ, ਪੰਜਾਬ ਦੇ ਰੰਗ, ਪੰਜਾਬ ਦੇ ਯੋਧੇ ਤੇ ਪੰਜਾਬ ਦੀਆਂ ਮਾਣ ਮੱਤੀਆਂ ਸ਼ਖਸੀਅਤਾਂ ਦੇ ਬਾਰੇ ਆਪ ਜੀ ਦੇ ਰੂਬਰੂ ਹੁੰਦੀ ਹੈ। ਜਿਸ ਸ਼ਖਸੀਅਤ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਇਸ ਦਾ ਨਾਂ ਹੈ ਦੁੱਲਾ ਭੱਟੀ। ਦੁੱਲਾ ਭੱਟੀ ਜੋ ਪੰਜਾਬ ਦਾ ਹਰ ਮਨ ਪਿਆਰਾ ਨਾਇਕ, ਜਿਸਨੇ ਪੂਰੇ ਹਿੰਦੁਸਤਾਨ ਅਤੇ ਅਕਬਰ ਜਿਹੇ ਮੁਗਲ ਰਾਜ ਦੇ ਬਾਦਸ਼ਾਹ ਦੇ ਖਿਲਾਫ ਬਗਾਵਤ ਦਾ ਝੰਡਾ ਲਹਿਰਾ ਕੇ ਆਪਣੇ ਬਾਪ ਤੇ ਦਾਦਾ ਦੇ ਕਤਲ ਦਾ ਬਦਲਾ ਲੈਣ ਲਈ ਪੂਰੀ ਸਲਤਨਤ ਨਾਲ ਮੱਥਾ ਲਾਇਆ। ਦੁੱਲਾ ਭੱਟੀ ਉਸ ਵੇਲੇ ਦੀ ਮਸ਼ਹੂਰ ਸਾਂਦਲਬਾਰ ਦਾ ਰਹਿਣ ਵਾਲਾ ਸੀ। ਸਾਂਦਲਬਾਰ ਦਾ ਇਹ ਇਲਾਕਾ ਆਪਣੇ ਆਪ ਵਿੱਚ 800 ਸਾਲ ਦੀ ਤਾਰੀਖ ਸਮਾਏ ਬੈਠਾ ਹੈ। ਤੁਗਲਕ ਦੌਰ ਵਿੱਚ ਜੈਸਲਮੀਰ, ਬਟਨੇਰ ਅਤੇ ਰਾਜਸਥਾਨ ਤੋਂ ਭੱਟੀ ਕਬੀਲਾ ਉੱਠ ਕੇ ਦਰਿਆਏ ਚਨਾਬ ਦੇ ਕੰਢੇ 'ਤੇ ਆ ਵਸਿਆ। ਇਸ ਕਬੀਲੇ ਨੇ ਆਪਣੀ ਬਹਾਦਰੀ ਪਾਰੋਂ ਆਪਣਾ ਸਿੱਕਾ ਖੂਬ ਜਮਾਇਆ। ਦੁੱਲਾ ਭੱਟੀ ਮੁਗਲ ਸਰਕਾਰ ਤੋਂ ਬਹੁਤ ਹੀ ਨਫ਼ਰਤ ਕਰਦਾ ਸੀ, ਕਿਉਂਕਿ ਮੁਗਲਾਂ ਨੇ ਹੀ ਦੁੱਲਾ ਭੱਟੀ ਦੀ ਧਰਤੀ 'ਤੇ ਕਿਸਾਨਾਂ ਅਤੇ ਕਾਸ਼ਤਕਾਰਾਂ ਉੱਤੇ ਬੜੇ ਹੀ ਜ਼ੁਲਮ ਢਾਏ ਸਨ। ਮੁਗਲ ਫੌਜਾਂ ਜਦੋਂ ਵੀ ਇੱਥੋਂ ਲੰਘਦੀਆਂ ਸਨ, ਗਰੀਬਾਂ ਦੀਆਂ ਫਸਲਾਂ ਉਜਾੜ ਦਿੰਦੀਆਂ ਸਨ ਅਤੇ ਉਹਨਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੰਦਾ ਸੀ। ਇਸੇ ਪਾਰੋਂ ਦੁੱਲਾ ਭੱਟੀ ਦੇ ਦਿਲ ਵਿੱਚ ਇੰਤਕਾਮ ਦੀ ਅੱਗ ਭੜਕੀ ਹੋਈ ਸੀ। ਇਹ ਉਹ ਜ਼ਮਾਨਾ ਸੀ ਜਦੋਂ ਅਕਬਰ ਬਾਦਸ਼ਾਹ ਔਰ ਦੀਗਰ ਮੁਗਲਾਂ ਦੇ ਜ਼ਮਾਨੇ ਵਿੱਚ ਜਿਹੜੀ ਫੌਜਾਂ ਅਫਗਾਨਿਸਤਾਨ ਦੇ ਇਹਨਾਂ ਇਲਾਕਿਆਂ 'ਤੇ ਕਬਜ਼ਾ ਕਰਨ ਦੇ ਚੱਕਰ 'ਚ ਪੜਾਓ ਕਰਦੇ ਸਨ, ਉਹਨਾਂ ਦੇ ਇਤਨੇ ਬੜੀ ਤਾਦਾਦ 'ਚ, ਸੈਂਕੜੇ ਹਜ਼ਾਰਾਂ ਦੀ ਤਾਦਾਦ 'ਚ ਫੌਜੀ ਵੀ ਅਤੇ ਜਾਨਵਰ ਵੀ, ਅਤੇ ਉੱਥੋਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਉਜਾੜ ਦਿੰਦੇ ਸਨ। ਜਦੋਂ ਫਸਲਾਂ ਨੂੰ ਉਜਾੜ ਦਿੰਦੇ ਸਨ ਅਤੇ ਉਹਨਾਂ ਨੂੰ ਉਹਨਾਂ ਦਾ ਨਾਂ 'ਤੇ ਮੁਆਵਜ਼ਾ ਦਿੱਤਾ ਜਾਂਦਾ ਸੀ, ਨਾ ਕੰਪਨਸੇਸ਼ਨ ਦਿੱਤੀ ਜਾਂਦੀ ਸੀ। ਨਤੀਜਾ ਕੀ ਨਿਕਲਦਾ ਸੀ ਕਿ ਸਾਰੀ ਜਿਹੜੀ ਸਾਲ ਦੀ ਛੋਟੇ ਕਾਸ਼ਤਕਾਰਾਂ ਦੀ ਕਮਾਈ ਹੁੰਦੀ ਸੀ ਅਤੇ ਉਹ ਉਹਨਾਂ ਦੀ ਜ਼ਾਇਆ ਹੋ ਜਾਂਦੀ ਸੀ। ਇਸੇ ਦੇ ਖਿਲਾਫ ਇਹਦੇ ਦੁੱਲਾ ਭੱਟੀ ਦੇ ਪਿਓ ਔਰ ਦਾਦੇ ਨੇ ਤਲਵਾਰ ਉਠਾਈ, ਆਵਾਜ਼ ਉਠਾਈ ਔਰ ਮਾਲੀਆ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਲਾਕੇ ਦੇ ਦੀਗਰ ਛੋਟੇ ਮੋਟੇ ਕਾਸ਼ਤਕਾਰਾਂ ਨੂੰ ਵੀ ਨਾਲ ਮਿਲਾਇਆ। ਤੋ ਗੋਇਆ ਅਸੀਂ ਇਹ ਸਮਝਦੇ ਹਾਂ ਕਿ ਇਹ ਪੰਜਾਬ ਦੀ ਇੱਕ ਮਜ਼ਲੂਮ ਕਾਸ਼ਤਕਾਰਾਂ ਦੀ ਇੱਕ ਤਹਿਰੀਕ ਸੀ, ਜਿਹਦਾ ਆਵਾਜ਼ ਦੁੱਲੇ ਭੱਟੀ ਦੇ ਦਾਦਾ ਬਿਜਲ ਖਾਨ ਨੇ ਉਹਦਾ ਆਵਾਜ਼ ਲਿਆ, ਜਿਹਨੂੰ ਉਰਫ ਸਾਂਦਲ ਵੀ ਕਿਹਾ ਜਾਂਦਾ, ਔਰ ਇਹਦੇ ਵਾਲਦ ਫਰੀਦ ਖਾਨ ਨੇ ਵੀ ਪੂਰਾ ਪੂਰਾ ਆਪਣੇ ਬਾਰੇ ਦਾ ਸਾਥ ਦਿੱਤਾ। ਦੁੱਲਾ ਭੱਟੀ ਨੂੰ ਇਹ ਤਹਿਰੀਕ ਵਿਰਸੇ ਵਿੱਚ ਮਿਲੀ ਔਰ ਜ਼ਾਹਿਰ ਹੈ ਕਿ ਉਹਦੇ ਦਿਲ ਵਿੱਚ ਇੱਕ ਇੰਤਕਾਮ ਦਾ ਜਜ਼ਬਾ ਵੀ ਪੈਦਾ ਹੋ ਗਿਆ ਸੀ ਕਿ ਉਹਦੇ ਵਾਲਦ ਨੂੰ ਔਰ ਦਾਦੇ ਨੂੰ ਮੁਗਲਾਂ ਨੇ ਉਹਨੂੰ ਫਾਂਸੀ ਦੇ ਦਿੱਤੀ ਸੀ। ਦੁੱਲਾ ਭੱਟੀ ਦਾ ਜਨਮ ਕੁਝ ਰਵਾਇਤ ਦੇ ਮੁਤਾਬਿਕ 1547 ਈਸਵੀ ਵਿੱਚ ਪਿੰਡੀ ਪੱਟੀਆਂ ਤੋਂ ਕੁਝ ਕੁ ਮੀਲ ਦੂਰੀ 'ਤੇ ਦਰਿਆਏ ਚਨਾਬ ਦੇ ਕੰਢੇ ਇਸ ਪਿੰਡ ਚੂਚਕ ਦੇ ਕੋਲ ਬਦਰ ਦੇ ਮੁਕਾਮ 'ਤੇ ਹੋਇਆ। ਦੁੱਲਾ ਭੱਟੀ ਦੀ ਪਰਵਰਿਸ਼ ਬਹੁਤ ਹੀ ਮੁਸ਼ਕਲ ਵੇਲੇ ਵਿੱਚ ਹੋਈ, ਕਿਉਂਕਿ ਦੁੱਲਾ ਭੱਟੀ ਦੇ ਜਨਮ ਤੋਂ ਪਹਿਲਾਂ ਹੀ ਮੁਗਲ ਸਰਕਾਰ ਨੇ ਦੁੱਲਾ ਭੱਟੀ ਦੇ ਬਾਪ ਫਰੀਦ ਭੱਟੀ ਅਤੇ ਦਾਦਾ ਬਿਜਲ ਖਾਂ ਭੱਟੀ ਨੂੰ ਬਹੁਤ ਹੀ ਭਿਆਨਕ ਮੌਤ ਦੇ ਕੇ ਸ਼ਹੀਦ ਕਰ ਦਿੱਤਾ ਸੀ। ਦੁੱਲੇ ਦਾ ਬਾਪ ਅਤੇ ਦਾਦਾ ਬਹੁਤ ਹੀ ਬਹਾਦਰ ਅਤੇ ਅੜਬ ਸਭਾ ਦੇ ਮਾਲਕ ਸਨ। ਉਹ ਸਮਝਦੇ ਸਨ ਕਿ ਇਹ ਧਰਤੀ ਇੱਥੇ ਦੇ ਰਹਿਣ ਵਾਲਿਆਂ ਦੀ ਹੈ ਅਤੇ ਇਸੇ ਹੀ ਕਰਕੇ ਉਹ ਮੁਗਲ ਸਰਕਾਰ ਨੂੰ ਲਗਾਨ ਵੀ ਨਹੀਂ ਦਿੰਦੇ ਸਨ ਔਰ ਨਾ ਹੀ ਹਮਲਾਵਰਾਂ ਨੂੰ ਆਪਣੇ ਇਲਾਕੇ ਵਿੱਚੋਂ ਨੰਗੜ ਦਿੰਦੇ ਸਨ। ਤਾਂ ਹੀ ਇਰਦ ਗਿਰਦ ਦੇ ਕੁਝ ਹੋਰ ਰਾਜੇ ਵੀ ਬਿਜਲ ਖਾਂ ਭੱਟੀ ਨਾਲ ਰਲ ਗਏ ਅਤੇ ਇੱਕ ਫੌਜ ਵੀ ਤਿਆਰ ਕਰ ਲਈ, ਜਿਸ ਦੀ ਖਬਰ ਹੋਣ 'ਤੇ ਅਕਬਰ ਬਾਦਸ਼ਾਹ ਅਤੇ ਇਹਦੇ ਕਰਮਚਾਰੀਆਂ ਨੇ ਭੱਟੀਆਂ ਦੇ ਇਸ ਕਬੀਲੇ 'ਤੇ ਹਮਲਾ ਕਰ ਦਿੱਤਾ। ਭੱਟੀਆਂ ਨੇ ਮੁਗਲਾਂ ਦਾ ਭਰਪੂਰ ਮੁਕਾਬਲਾ ਕੀਤਾ, ਪਰ ਆਖਰ ਵਿੱਚ ਭੱਟੀਆਂ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਫਤਿਹ ਹੋਣ 'ਤੇ ਮੁਗਲਾਂ ਨੇ ਕਿਲ੍ਹਾ ਫਰੀਦ ਯਾਨੀ ਪਿੰਡੀ ਭੱਟੀਆਂ ਨੂੰ ਤਬਾਹ ਕਰ ਦਿੱਤਾ।
ਫਰੀਦ ਪੱਟੀ ਅਤੇ ਬਿਜਲ ਖਾਂ ਪੱਟੀ ਨੂੰ ਜ਼ਖਮੀ ਹਾਲਤ ਵਿੱਚ ਸ਼ਾਹੀ ਕਿਲੇ ਲਾਹੌਰ ਵਿੱਚ ਪੇਸ਼ ਕਰ ਦਿੱਤਾ ਗਿਆ। ਮੁਗਲ ਫੌਜ ਨੂੰ ਅਨਾਜ ਦੀ ਫਰਾਹਮੀ, ਖਿਰਾਜ ਦੀ ਅਦਾਇਗੀ ਤੇ ਅਤਾਤ ਕਬੂਲ ਕਰਨ ਤੋਂ ਦੋਵੇਂ ਪਿਓ ਪੁੱਤ ਨੇ ਇਨਕਾਰ ਕਰ ਦਿੱਤਾ। ਵੇਲੇ ਦੀ ਸਰਕਾਰ ਨੇ ਇਹਨਾਂ ਨੂੰ ਬਾਗੀ ਕਰਾਰ ਦਿੱਤਾ। ਅਕਬਰ ਨੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਇਹਨਾਂ ਦੇ ਸਿਰ ਕਲਮ ਕਰਨ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਅਤੇ ਇਹਨਾਂ ਦੀਆਂ ਲਾਸ਼ਾਂ ਨੂੰ ਲਾਹੌਰ ਦੇ ਮੁੱਖ ਦੁਆਰ ਵਿੱਚ ਪੁੱਠੀਆਂ ਲਟਕਾ ਦਿੱਤਾ। ਬਿਜਲ ਖਾਂ ਭੱਟੀ ਅਤੇ ਫਰੀਦ ਖਾਂ ਦੀ ਮੌਤ ਤੋਂ ਬਾਅਦ ਭੱਟੀ ਕਬੀਲੇ ਦੇ ਨੌਜਵਾਨਾਂ ਦਾ ਖੂਨ ਖੌਲ ਰਿਹਾ ਸੀ। ਦੂਜੇ ਪਾਸੇ ਦੁੱਲੇ ਦੀ ਪੈਦਾਇਸ਼ ਤੋਂ ਬਾਅਦ ਦੁੱਲੀ ਦੀ ਮਾਂ ਲੱਦੀ ਨੂੰ ਯਕੀਨ ਹੋ ਗਿਆ ਸੀ ਕਿ ਦੁੱਲਾ ਭੱਟੀ ਆਪਣੇ ਬਾਪ ਅਤੇ ਦਾਦਾ ਦੇ ਮੌਤ ਦਾ ਬਦਲਾ ਜ਼ਰੂਰ ਲਵੇਗਾ। ਕਿਸਾਨਾਂ ਅਤੇ ਭੱਟੀ ਕਬੀਲੇ ਦੇ ਹਾਲਾਤ, ਬਾਪ ਦਾਦਾ ਦਾ ਕਤਲ ਅਤੇ ਦੀਨੇ ਇਲਾਹੀ ਦੇ ਖਿਲਾਫ ਨਫ਼ਰਤ ਨੇ ਦੁੱਲਾ ਭੱਟੀ ਨੂੰ ਸਮੇਂ ਤੋਂ ਪਹਿਲਾਂ ਹੀ ਜਵਾਨ ਕਰ ਦਿੱਤਾ। ਦੁੱਲੇ ਭੱਟੀ ਦੀ ਰਗ ਰਗ ਵਿੱਚ ਹੁਣ ਬਗਾਵਤ ਸੀ। ਉਹ ਮੁਗਲ ਸਰਕਾਰ ਦੇ ਕਾਫਲਿਆਂ ਨੂੰ ਲੁੱਟਦਾ ਅਤੇ ਆਪਣੇ ਕਬੀਲੇ ਦੇ ਗਰੀਬਾਂ ਵਿੱਚ ਵੰਡ ਦਿੰਦਾ। ਇਹਦੇ ਕੁਛ ਲੋਕ ਇਹ ਕਹਿੰਦੇ ਨੇ ਕਿ ਕਿਰਦਾਰ ਸ਼ਾਇਦ ਇੱਕ ਮਿੱਥ ਹੈ, ਇਹ ਖਿਆਲੀ ਕਿਰਦਾਰ ਹੈ, ਐਸਾ ਨਹੀਂ ਹੈ। ਇੱਕ ਕਿਰਦਾਰ ਮੌਜੂਦ ਹੈ ਔਰ ਹਮੇਸ਼ਾ ਦੀ ਗੱਲ ਇਹ ਕਿ ਤਾਰੀਖ ਦੇ ਜਿਹੜੇ ਸੋਰਸ ਹੁੰਦੇ ਨੇ ਉਹ ਸਿਰਫ ਤਹਿਰੀਰੀ ਨਹੀਂ ਹੁੰਦੇ, ਉਹ ਜ਼ਬਾਨੀ ਵੀ ਹੁੰਦੇ ਨੇ। ਅਗਰ ਜ਼ਬਾਨੀ ਸੋਰਸ ਨੂੰ ਅਸੀਂ ਤਾਰੀਖ ਤੋਂ ਕੱਢਤਾ ਜਾਏ ਤਾਂ ਫਿਰ ਤਾਰੀਖ ਸਾਡੀ ਅਧੂਰੀ ਰਹਿ ਜਾਂਦੀ ਹੈ, ਤਾਰੀਖ ਦਾ ਕੋਈ ਵਜੂਦ ਨਹੀਂ ਰਹਿੰਦਾ। ਅਤੇ 400 ਸਾਲ ਦੇ ਕਦੀਮ ਇਸ ਕਿਰਦਾਰ ਨੂੰ ਜ਼ਿੰਦਾ ਰੱਖਣ ਵਿੱਚ ਜ਼ਬਾਨੀ ਹਕਾਇਤਾਂ ਔਰ ਰਵਾਇਤਾਂ ਨੇ ਹੀ ਦਰਅਸਲ ਇਹ ਕੰਮ ਕੀਤਾ। ਉਹਨਾਂ ਰਵਾਇਤਾਂ ਵਿੱਚ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਹਕੀਕਤ ਦੇ ਕਰੀਬ ਨੇ, ਜਿਨ੍ਹਾਂ ਨੂੰ ਤਾਰੀਖ ਦੇ ਮਿਆਰ 'ਤੇ ਅਸੀਂ ਪੂਰਾ ਉਤਾਰ ਸਕਦੇ ਹਾਂ। ਪਿੰਡੀ ਪੱਟੀਆਂ ਦੇ ਪੜੋਸ ਵਿੱਚ ਇੱਕ ਪਿੰਡ ਹੈ ਕੋਟ ਨੱਕੇ ਦੇ ਨਾਮ ਤੋਂ। ਉਸ ਕੋਟ ਨੱਕੇ ਵਿੱਚ ਇੱਕ ਮੂਲ ਚੰਦ ਹਿੰਦੂ ਸੀ, ਮਾੜਾ ਬੰਦਾ ਸੀ, ਛੋਟੀ ਮੋਟੀ ਦੁਕਾਨਦਾਰੀ ਕਰਦਾ ਸੀ। ਉਹਦੀ ਇੱਕ ਧੀ ਸੀ, ਬੜੀ ਖੂਬਸੂਰਤ ਸੁੰਦਰ ਮੁੰਦਰੀ ਹੈ, ਅਤੇ ਉਹਦੇ ਉੱਤੇ ਉੱਥੋਂ ਦਾ ਇੱਕ ਜਿਹੜਾ ਜ਼ਿਮੀਦਾਰ ਸੀ ਮੁਸਲਮਾਨ, ਉਹ ਫਰਿਫਤਾ ਹੋ ਗਿਆ ਔਰ ਉਹ ਜ਼ਬਰਦਸਤੀ ਉਹਨੂੰ ਆਪਣੀ ਨਿਕਾਹ ਵਿੱਚ ਲਿਆਉਣਾ ਚਾਹੁੰਦਾ ਸੀ। ਅਤੇ ਜ਼ਾਹਿਰ ਹੈ ਉਹ ਉਹਦੇ ਧਰਮ ਤੋਂ ਬਾਹਰ ਲੜਕੀ ਸੀ ਔਰ ਦੂਸਰੇ ਧਰਮ ਦੇ ਲੋਕ ਉਹਦੇ 'ਤੇ ਰਾਜ਼ੀ ਨਹੀਂ ਸਨ, ਉਹ ਜ਼ੋਰ ਜ਼ਬਰਦਸਤੀ ਨਾਲ ਹੀ ਕੰਮ ਕਰਨਾ ਚਾਹ ਰਿਹਾ ਸੀ। ਮੂਲ ਚੰਦ ਨੂੰ ਪਤਾ ਸੀ ਕਿ ਪਿੰਡੀ ਪੱਟੀਆਂ ਦਾ ਦੁੱਲਾ ਭੱਟੀ ਬਹੁਤ ਇੱਕ ਐਸਾ ਜਰਰੀ ਔਰ ਬਹਾਦੁਰ ਸ਼ਖਸ ਹੈ ਕਿ ਜਿਹੜਾ ਤਮਾਮ ਮਸਲਕ ਔਰ ਮਜ਼ਹਬ ਤੋਂ ਹਟ ਕੇ ਤਮਾਮ ਲੋਕਾਂ ਦਾ ਖਿਆਲ ਕਰਨ ਵਾਲਾ ਵੀ ਹੈ। ਉਹ ਲਿਹਾਜ਼ਾ ਉਹ ਆਪਣੇ ਘੋੜੇ 'ਤੇ ਸਵਾਰ ਹੋਇਆ, ਉਹ ਪਿੰਡੀ ਭੱਟੀਆਂ ਆ ਗਿਆ ਔਰ ਦੁੱਲੇ ਭੱਟੀ ਅੱਗੇ ਆਪਣੀ ਫਰਿਆਦ ਕੀਤੀ। ਦੁੱਲੇ ਭੱਟੀ ਨੇ ਉਹਨੂੰ ਬੜਾ ਆਸਰਾ ਦਿਲਵਾਇਆ ਕਿ ਤੂੰ ਬੇਫਿਕਰ ਹੋ ਜਾ, ਇਹ ਸਾਰਾ ਕੰਮ ਮੈਂ ਆਪ ਸੰਭਾਲ ਲਾਂਗਾ। ਚੁਨਾਚੇ ਉਸਨੇ ਕਿਹਾ ਤੂੰ ਜਾ ਕੇ ਉਹ ਮੂਲ ਚੰਦ ਨੂੰ ਕਿ ਆਪਣੇ ਜ਼ਿੰਮੇਦਾਰ ਨੂੰ ਕਹਿ ਕਿ ਉਹ ਆਪਣੀ ਬਰਾਤ ਲੈ ਕੇ ਆਵੇ ਫਲਾਂ ਦਿਨ, ਅਤੇ ਮੈਂ ਆਪਣੀ ਬੇਟੀ ਤੈਨੂੰ ਨਿਕਾਹ ਵਿੱਚ ਦੇਣ ਵਾਸਤੇ ਤਿਆਰ ਹਾਂ। ਦੂਸਰੀ ਤਰਫ ਕੀ ਕੀਤਾ ਦੁੱਲੇ ਭੱਟੀ ਨੇ ਕਿ ਸਾਂਗਲੇ ਵਿੱਚ ਇੱਕ ਆਪਣਾ ਉਹਦਾ ਦੋਸਤ ਸੀ ਹਿੰਦੂ, ਉਹਨੂੰ ਜਾ ਕੇ ਰਿਕੁਐਸਟ ਕੀਤੀ ਕਿ ਮੈਂ ਅੱਜ ਤੇਰੇ ਕੋਲੋਂ ਆਪਣੀ ਬੇਟੀ ਦਾ ਰਿਸ਼ਤਾ ਲੈਣ ਆਇਆ। ਉਹ ਪਰੇਸ਼ਾਨ ਹੋ ਗਿਆ ਕਿ ਇਹ ਮੁਸਲਮਾਨ, ਮੈਂ ਹਿੰਦੂ, ਔਰ ਮੈਂ ਇਹਨੂੰ ਕਿਸ ਤਰ੍ਹਾਂ ਆਪਣੇ ਬੇਟੇ ਦਾ ਰਿਸ਼ਤਾ ਇਹਦੇ ਕੋਲ ਇਹਦੀ ਬੇਟੀ ਵਾਸਤੇ ਕਬੂਲ ਕਰਾਂਗਾ। ਉਹਨੇ ਕਿਹਾ ਨਹੀਂ, ਉਹ ਬੇਟੀ ਮੇਰੀ ਸੁੰਦਰ ਮੁੰਦਰੀ ਨਾਮ ਦੀ ਹੈ, ਇਹ ਸਾਰੀ ਦਾਸਤਾਨ ਹੈ, ਤੂੰ ਇੰਝ ਹੀ ਸਮਝ ਕੇ ਜਿਸ ਤਰ੍ਹਾਂ ਮੇਰੀ ਬੇਟੀ ਹੈ। ਉਹ ਤਿਆਰ ਹੋ ਗਿਆ ਇਸ ਗੱਲ 'ਤੇ। ਉਸ ਨੂੰ ਵੀ ਉਹਨੇ ਉਹ ਹੀ ਦਿਨ ਮਖਸੂਸ ਸ਼ਾਦੀ ਵਾਸਤੇ ਦੇ ਦਿੱਤਾ ਜਿਹੜਾ ਕਿ ਉਸ ਜ਼ਿੰਮੇਦਾਰ ਕੋਟ ਨੱਕੇ ਦੇ ਨੂੰ ਦਿੱਤਾ ਗਿਆ ਸੀ। ਚੁਨਾਚੇ ਉਦੋਂ ਜਿਹੜਾ ਮੁਸਲਮਾਨ ਕੋਟ ਨੱਕੇ ਦਾ ਵਾਲਾ ਹੈ, ਉਹ ਜ਼ਿੰਮੇਦਾਰ ਜਿਹੜਾ ਜ਼ੋਰ ਜ਼ਬਰਦਸਤੀ ਨਿਕਾਹ ਕਰਨਾ ਚਾਹ ਰਿਹਾ ਸੀ ਉਹਦੇ ਨਾਲ, ਉਹ ਵੀ ਉਸੇ ਟਾਈਮ ਬਰਾਤ ਲੈ ਕੇ ਆ ਗਿਆ। ਉਦੋਂ ਦੁੱਲਾ ਭੱਟੀ ਆਪਣੇ ਬੰਦੇ ਨਾਲ ਲੈ ਕੇ ਪਹੁੰਚ ਚੁੱਕਿਆ ਸੀ ਔਰ ਥੋੜ੍ਹੀ ਦੇਰ ਬਾਅਦ ਸਾਂਗਲੇ ਤੋਂ ਬਰਾਤ ਵੀ ਆ ਗਈ। ਉਸ ਮੁਸਲਮਾਨ ਜ਼ਿੰਮੇਦਾਰ ਜਿਹੜਾ ਜ਼ੋਰ ਜ਼ਬਰਦਸਤੀ ਕਰਨਾ ਚਾਹ ਰਿਹਾ ਸੀ, ਉਹਦੇ ਖੂਬ ਲਿਤਰੋੜ ਕੀਤੀ, ਖੁਦ ਉਹਦੀ ਚਿਤਰੋੜ ਕੀਤੀ, ਉਹਦੇ ਕੋਲ ਮਾਫ਼ੀ ਮੰਗਵਾਈ ਔਰ ਉੱਧਰ ਖੁਦ ਇੱਕ ਬਾਪ ਦੀ ਹੈਸੀਅਤ ਨਾਲ ਬਾਕਾਇਦਾ ਸੁੰਦਰ ਮੁੰਦਰੀ ਦਾ ਨਿਕਾਹ ਸਾਂਗਲੇ ਦੇ ਉਸ ਹਿੰਦੂ ਨਾਲ ਕਰ ਦਿੱਤੀ ਗਈ। ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲੇ ਭੱਟੀ ਵਾਲਾ ਦੁੱਲੇ ਧੀ ਵਿਆਈ, ਬੋਝੇ ਸ਼ੱਕਰ ਪਾਈ, ਬੋਝੇ ਮਾਰ ਪਟਾਕਾ, ਕੁੜੀ ਦਾ ਸਾਲੂ ਪਾਟਾ, ਕੁੜੀ ਦਾ ਜੀਵੇ ਚਾਚਾ, ਸਾਲੂ ਕੌਣ ਸਮੇਟੇ, ਚਾਚੇ ਚੂਰੀ ਕੁੱਟੀ, ਜ਼ਿਮੀਦਾਰਾਂ ਲੁੱਟੀ, ਨੰਬਰਦਾਰ ਸਦਾਏ, ਗਿਣ ਗਿਣ ਪੋਲੇ ਲਾਏ, ਇੱਕ ਪੋਲਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ। ਇਹ ਸਾਰਾ ਸਿੱਖਾਂ ਦਾ ਏਰੀਆ ਹੁੰਦਾ ਸੀ ਤਕਸੀਮੇ ਹਿੰਦੂ ਤੋਂ ਪਹਿਲੇ, ਹਿੰਦੂ ਖੱਤਰੀ ਆਵਾਜ਼ ਸਨ ਸਾਰੇ ਖਿੱਤੇ 'ਤੇ। ਮੇਨ ਬਾਜ਼ਾਰ ਅੱਗੇ ਕੋਟ ਨੱਕੇ ਦਾ ਮੇਨ ਬਾਜ਼ਾਰ ਬੜਾ ਤਹਿਜ਼ੀਬ ਦੇ ਵਾਲਿਆਂ ਨਾਲ ਬੜਾ ਮਸ਼ਹੂਰ ਬਾਜ਼ਾਰ ਸੀ ਇਹ। ਦੂਸਰੇ ਅਜ਼ਲਾਅ ਤੋਂ ਵੀ ਲੋਕ ਇੱਥੋਂ ਖਰੀਦੋ ਫਰੋਖਤ ਕਰਨ ਆਉਂਦੇ ਸਨ ਸਾਡੇ ਕੋਟ ਨੱਕਾ ਦੇ ਵਿੱਚ, ਸਰਗੋਧਾ ਤੋਂ, ਹਾਫਸਾਬਾਦ ਤੋਂ, ਪਿੰਡੀ ਦੇ ਇਲਾਕੇ ਤੋਂ, ਸਾਰੇ ਤਾਰੀਖੀ ਇਮਾਰਤਾਂ ਵਿੱਚ ਕੁਛ ਹਲੇ ਮੌਜੂਦ ਨੇ। ਸਾਰਾ ਤਾਰੀਖੀ ਹਵਾਲੇ ਨਾਲ ਦੁੱਲਾ ਭੱਟੀ, ਇੱਧਰ ਕਾਫੀ ਵਾਕਿਆਤ ਵੀ ਦੁੱਲਾ ਭੱਟੀ ਦੇ ਮਸ਼ਹੂਰ ਨੇ। ਇਹ ਮੇਨ ਬਾਜ਼ਾਰ ਸਾਡੇ ਕੋਟ ਨੱਕੇ ਦਾ, ਹਾਂਜੀ
ਇਹ ਕੋਟਨਕਾ ਦਾ ਗੜ੍ਹ ਹੈ ਸਾਡਾ ਮੇਨ ਬਾਜ਼ਾਰ ਕੋਟਨਕੇ ਦਾ ਕਿਸੇ ਵਕਤ 'ਚ ਹੁੰਦਾ ਸੀ ਦੁੱਲਾ ਭੱਟੀ ਦੇ ਜਾਣ ਵਾਲੇ ਹਿੰਦੂਆਂ ਦੀਆਂ ਦੁਕਾਨਾਂ ਤਹਿਜ਼ੀਬਾਂ ਹੁੰਦੀਆਂ ਸਨ ਇੱਥੇ ਹਾਂਜੀ ਹਿੰਦੂ ਇੱਕ ਹੈ ਸੀ ਉਹਦੀ ਲੜਕੀ ਸੀ ਉਹਨੂੰ ਕੋਈ ਮੁਸਲਮਾਨ ਤੰਗ ਕਰਦਾ ਸੀ ਅਤੇ ਦੁੱਲਾ ਭੱਟੀ ਨੇ ਜਨਾਬ ਉਹਨਾਂ ਨੂੰ ਇਸ ਸਾਡੇ ਬਾਜ਼ਾਰ ਇਸੇ ਜਜ਼ਬੇ ਦੇ ਤਹਿਤ ਉਹ ਜਵਾਨ ਹੋਇਆ ਜਵਾਨ ਹੋ ਕੇ ਉਹਨੇ ਬਾਗਿਆਨਾ ਰਵੱਈਆ ਅਖਤਿਆਰ ਕੀਤਾ ਔਰ ਜਿਹੜੇ ਸਰਕਾਰੀ ਇਸ ਗੁਜ਼ਰਗਾਹ ਤੋਂ ਬਾਕਾਇਦਾ ਕਾਫਲੇ ਤਜਾਰਤੀ ਜਾਂ ਦੂਸਰੇ ਕੰਮ ਵਾਸਤੇ ਗੁਜ਼ਰਦੇ ਸਨ ਉਹਦੇ ਉੱਤੇ ਉਹਨੇ ਛਾਪਾਮਾਰ ਕਾਰਵਾਈਆਂ ਸ਼ੁਰੂ ਕੀਤੀਆਂ ਔਰ ਉਹ ਇਸ ਛਾਪਾਮਾਰ ਕਾਰਵਾਈਆਂ ਦੇ ਵਾਲੇ ਨਾਲ ਉਹਦੇ ਬਹੁਤ ਸਾਰੇ ਸਾਥੀ ਵੀ ਨਾਲ ਮਿਲ ਚੁੱਕੇ ਸਨ ਇਹ ਸਿਲਸਿਲਾ ਜਾਰੀ ਰਿਹਾ ਕਈ ਸਾਲ ਤੱਕ ਇਹ ਬਾਗਿਆਨਾ ਤਰਜ਼ੇ ਅਮਲੋਂ ਦਾ ਜਾਰੀ ਰਿਹਾ ਮੁਗਲਾਂ ਨੇ ਔਰ ਖਾਸ ਤੌਰ 'ਤੇ ਅਕਬਰ ਬਾਦਸ਼ਾਹ ਦੇ ਮਾਤਹਿਤ ਜਿਹੜਾ ਲਾਹੌਰ ਦਾ ਹੁਕਮਰਾਨ ਸੀ ਸੂਬੇਦਾਰ ਸੀ ਉਸ ਜ਼ਮਾਨੇ ਦਾ ਉਹਨੇ ਦੁੱਲਾ ਭੱਟੀ ਦੇ ਨਾਲ ਕਈ ਦਫ਼ਾ ਸੁਲ੍ਹਾ ਦੀ ਕੋਸ਼ਿਸ਼ ਕੀਤੀ ਲੇਕਿਨ ਦੁੱਲਾ ਭੱਟੀ ਨੇ ਆਪਣੀ ਜੁਰਤ ਬਹਾਦਰੀ ਔਰ ਆਪਣੇ ਮੌਕਫ ਤੋਂ ਇਹ ਬਿਲਕੁਲ ਇੱਕ ਲੰਮੇ ਵਾਸਤੇ ਵੀ ਪਿੱਛੇ ਹਟਣ ਤੋਂ ਇਨਕਾਰ ਕੀਤਾ ਕਿਉਂਕਿ ਸੁਲ੍ਹਾ ਦਾ ਮਕਸਦ ਇਹ ਸੀ ਕਿ ਦੁੱਲਾ ਭੱਟੀ ਆਪਣੇ ਕਾਸ਼ਤਕਾਰਾਂ ਵਾਸਤੇ ਉਹ ਮਰਾਤ ਲੈਣਾ ਚਾਹੁੰਦਾ ਸੀ ਉਹ ਹਕੂਕ ਲੈਣਾ ਚਾਹੁੰਦਾ ਸੀ ਜਿਹਦਾ ਉਹ ਹੱਕਦਾਰ ਸੀ ਜਿਹਦੇ ਵਾਸਤੇ ਉਹਨੇ ਬਾਪ ਨੇ ਉਹ ਦਾਦੇ ਨੇ ਇਹ ਆਪਣੀ ਜਾਨ ਦਾ ਨਜ਼ਰਾਨਾ ਵੀ ਪੇਸ਼ ਕੀਤਾ ਬਹਰਹਾਲ ਕਿ ਬਿਲਾਖਰ ਹੋਇਆ ਹੈ ਕਿ ਮੁਸਲਸਲ ਕਈ ਸਾਲ ਦੀ ਇਹ ਸਟਰਗਲ ਔਰ ਜਦੋਜਹਦ ਹੁੰਦੀ ਜਾਰੀ ਰਹੀ ਅਤੇ ਬਿਲ ਆਖਰ ਕਈ ਝੜਪਾਂ ਲੜਾਈਆਂ ਤੋਂ ਬਾਅਦ ਸ਼ੇਖੂਪੁਰੇ ਔਰ ਖਾਨਗਾਹ ਦੇ ਦਰਮਿਆਨ ਆਖਰੀ ਮਾਰਕਾ ਜਿਹੜਾ ਹੋਇਆ ਉਸ ਆਖਰੀ ਮਾਰਕੇ ਵਿੱਚ ਬਹਰਹਾਲ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਗ੍ਰਿਫਤਾਰ ਕਰਕੇ ਲਾਹੌਰ ਲਿਜਾ ਕੇ ਮੁਹੱਲਾ ਨਖਾਸ ਉਸ ਜ਼ਮਾਨੇ ਦਾ ਜਿਹੜਾ ਕਿ ਅੱਜ ਲੰਡਾ ਬਾਜ਼ਾਰ ਕਹਿਲਾਉਂਦਾ ਹੈ ਉਸ ਵਕਤ ਉਹ ਫਾਂਸੀ ਘਾਟ ਦੀ ਤਰ੍ਹਾਂ ਮਸ਼ਹੂਰ ਸੀ ਉੱਥੇ ਜਾ ਕੇ ਦੁੱਲਾ ਭੱਟੀ ਨੂੰ ਫਾਂਸੀ ਦੇ ਦਿੱਤੀ ਗਈ ਔਰ ਉਹਨੂੰ ਲਾਹੌਰ ਹੀ ਦਫਨ ਕਰ ਦਿੱਤਾ ਗਿਆ ਅੱਜ ਵੀ ਕੁਛ 25-30 ਸਾਲ ਪਹਿਲੇ ਲਾਹੌਰ ਦੇ ਵਿੱਚ ਰਹਿਣ ਵਾਲੇ ਉਹ ਲੋਕ ਜਿਹੜੇ ਪੰਜਾਬ ਔਰ ਪੰਜਾਬੀ ਨਾਲ ਮੁਹੱਬਤ ਕਰਦੇ ਸਨ ਉਹਨਾਂ ਨੇ ਬਹਰਹਾਲ ਇੱਕ ਕੋਸ਼ਿਸ਼ ਕੀਤੀ ਔਰ ਮਿਆਨੀ ਸ਼ਰੀਫ ਲਾਹੌਰ ਦਾ ਕਬਰਸਤਾਨ ਹੈ ਉੱਥੇ ਦੁੱਲਾ ਭੱਟੀ ਦੀ ਕਬਰ ਦਰਿਆਫਤ ਕੀਤੀ ਅਗਰਚੇ ਮੈਨੂੰ ਜ਼ਾਤੀ ਤੌਰ 'ਤੇ ਬਹਿਸੀਅਤ ਮੌਕਾ ਥੋੜ੍ਹਾ ਜਿਹਾ ਇਸ ਕਬਰ ਦੀ ਦਰਿਆਫਤ ਦੇ ਬਾਰੇ ਨਾਲ ਇਖਤਲਾਫ ਹੈ ਲੇਕਿਨ ਬਹਰਹਾਲ ਇਹ ਗੱਲ ਤੈਅਸ਼ੁਦਾ ਹੈ ਕਿ ਹੁਣ ਲਾਹੌਰ ਲਿਜਾ ਕੇ ਹੀ ਉਹਨੂੰ ਫਾਂਸੀ ਦੇ ਉੱਤੇ ਚੜਾਇਆ ਗਿਆ ਸੀ ਬਾਕੀ ਅਗਰ ਦੇਖਿਆ ਜਾਏ ਤਾਂ ਇੱਕ ਪੰਜਾਬ ਦੀ ਬੜੀ ਮਸ਼ਹੂਰ ਦਾਸਤਾਨ ਹੈ ਜਿਹੜੀ ਕਿ ਲੋਹੜੀ ਦੇ ਵਾਲੇ ਨਾਲ ਵੀ ਮਨਸੂਬ ਹੈ ਔਰ ਜਿਹੜੀ ਜਨਵਰੀ ਦੇ ਗਲਬਨ ਮਿਡੇ ਜਾ ਕੇ ਉਹ ਫੈਸਟੀਵਲ ਮਨਾਇਆ ਜਾਂਦਾ ਹੈ ਔਰ ਉਹ ਫੈਸਟੀਵਲ ਪਾਕਿਸਤਾਨ ਬਣਨ ਤੋਂ ਪਹਿਲੇ ਇਸ ਪੂਰੇ ਪੰਜਾਬ ਦੇ ਖਿੱਤੇ ਵਿੱਚ ਬਹੁਤ ਇੱਕ ਮੁਸ਼ਤਰਕਾ ਕਲਚਰਲ ਈਵੈਂਟ ਦੇ ਤੌਰ 'ਤੇ ਮਸ਼ਹੂਰ ਸੀ ਦੁੱਲਾ ਭੱਟੀ ਨੂੰ ਜਿਸ ਵਕਤ ਲਾਹੌਰ 'ਚ ਲਿਜਾ ਕੇ ਫਾਂਸੀ ਦੀ ਤਿਆਰੀ ਕੀਤੀ ਜਾ ਰਹੀ ਸੀ ਉਹਨੂੰ ਲਟਕਾਇਆ ਜਾ ਰਿਹਾ ਸੀ ਬਿਲਕੁਲ ਉਸ ਵਕਤ ਸ਼ਾਹ ਹੁਸੈਨ ਸਾਹਿਬ ਉਸ ਮਜਮੇ ਵਿੱਚ ਮੌਜੂਦ ਸਨ ਔਰ ਉਹਨਾਂ ਨੇ ਚੰਦ ਸ਼ੇਰ ਐਸੇ ਕਹਿ ਜਿਹੜੇ ਉਸ ਵਾਕਿਆ ਦੀ ਸ਼ਹਾਦਤ ਦਿੰਦੇ ਨੇ ਕਿ ਯਾ ਦਿਲਬਰ ਯਾ ਮਰ ਕਰ ਪਿਆਰਾ ਦੁੱਲੇ ਦੇ ਲਾਲ ਲੱਭਾਂ ਦੇ ਲਾਰੇ ਸੂਲੀ ਪਰ ਚੜ੍ਹ ਲੇਲ ਹੁਲਾਰੇ ਆਣ ਮਲੇਸੀ ਦਿਲਬਰ ਯਾਰਾ ਯਾ ਦਿਲਬਰ ਯਾ ਸਰ ਕਰ ਪਿਆਰਾ